ਗੁਰਦੁਆਰਾ ਗਿਆਨ ਕੋਠੜੀ ਦੀ ਮੁੜ ਸਾਰੀ ਲਈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਚਲਾਈ ਗਈ ਮੁਹਿੰਮ ਤਹਿਤ ਅੱਜ ਦੇਸ਼ ਵਿਦੇਸ਼ ਦੀਆਂ ਲੱਖਾਂ ਸੰਗਤਾਂ ਨੇ ਹਜ਼ਾਰਾਂ ਗੁਰਦੁਆਰਿਆਂ ਵਿੱਚ ਜਪਜੀ ਸਾਹਿਬ ਜੀ ਦੇ ਪਾਠ ਉਪਰੰਤ ਹਰ ਕੀ ਪੌੜੀ ਹਰਿਦੁਆਰ ਵਿਖੇ ਗੁਰਦੁਆਰਾ ਸਾਹਿਬ ਮੁੜ ਬਣਨ ਲਈ ਅਰਦਾਸ ਕੀਤੀ। ਸਥਾਨਕ ਸਮੇਂ ਮੁਤਾਬਿਕ ਸਵੇਰੇ 9 ਵਜੇ ਜਪਜੀ ਸਾਹਿਬ ਜੀ ਦੇ ਪਾਠ ਦੀ ਇਤਿਹਾਸਿਕ ਗੁਰਦੁਆਰਿਆਂ ਦੇ ਨਾਲ ਹੀ ਸਿੰਘ ਸਭਾਵਾਂ ਵਿੱਚ ਵੀ ਸ਼ੁਰੂਆਤ ਹੋਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸਾਂਝੇ ਤੌਰ ਤੇ ਆਰੰਭੀ ਗਈ ਇਸ ਮੁਹਿੰਮ ਤਹਿਤ ਦਿੱਲੀ ਵਿਖੇ ਹੋਏ ਸਮਾਗਮ ਦੌਰਾਨ ਸਰਬ ਧਰਮ ਸੰਸਦ ਦੇ ਆਗੂਆਂ ਨੇ ਸ਼ਮੂਲੀਅਤ ਕਰਦੇ ਹੋਏ ਹਰਿਦੁਆਰ ਵਿਖੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਦੇ ਹੱਕ ਵਿੱਚ ਸਮਰਥਨ ਦੇਣ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਉਸਾਰੀ ਦੀ ਕਾਰ ਸੇਵਾ ਹੱਥੀ ਕਰਨ ਦੀ ਗੱਲ ਕਹੀ। ਸਮਾਗਮ ਦੌਰਾਨ ਵੱਖ ਵੱਖ ਧਰਮਾਂ ਦੇ ਨੁਮਾਇੰਦਿਆਂ ਨੇ ਵੀ ਗੁਰਦੁਆਰਾ ਗਿਆਨ ਗੋਦੜੀ ਬਣਾਉਣ ਦੇ ਹੱਕ ਵਿੱਚ ਨਾਰਾ ਮਾਰਿਆ। ਇਸ ਮੌਕੇ ਤੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ ਕੇ, ਜਨ ਸਕੱਤਰ ਮਨਜਿੰਦਰ ਸਿੰਘ ਸਿਰਸਾ, ਧਰਮ ਪ੍ਰਚਾਰ ਦੇ ਚੇਅਰਮੈਨ ਕੁਲਮੋਹਨ ਸਿੰਘ ਸਮੇਤ ਕਈ ਅਹਿਮ ਸ਼ਖਸੀਅਤਾਂ ਨੇ ਸੰਗਤ ਨੂੰ ਸੰਬੋਧਨ ਕੀਤਾ। ਕੁਲਮੋਹਨ ਸਿੰਘ ਨੇ ਕਿਹਾ ਕਿ ਗੁਰਦੁਆਰਾ ਗਿਆਨ ਗੋਦੜੀ ਦੇ ਇਤਿਹਾਸ ਨੂੰ ਸੰਗਤ ਤੱਕ ਪਹੁੰਚਾਉਣ ਲਈ ਸਰਦਾਰ ਜਗਜੀਤ ਸਿੰਘ ਦਰਦੀ ਦੀ ਅਗਵਾਈ ਹੇਠ ਚੜ੍ਹਦੀ ਕਲਾ ਟਾਈਮ ਟੀਵੀ ਵੀ ਸਮੇਂ ਸਮੇਂ ਤੇ ਆਪਣਾ ਵਿਸ਼ੇਸ਼ ਯੋਗਦਾਨ ਪਾਉਂਦਾ ਰਿਹਾ। ਗੁਰਦੁਆਰਾ ਗਿਆਨ ਗੋਦੜੀ ਲਈ ਚਲਾਈ ਇਸ ਮੁਹਿੰਮ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੋਸ਼ਲ ਮੀਡੀਆ ਤੇ ਵੀ ਸੰਗਤ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਸਮਾਗਮ ਨੂੰ ਅੱਜ ਮੈਨੂੰ ਹੌਸਲਾ ਇੱਕ ਹੋਰ ਮਿਲਿਆ ਕਿ ਜਿਹੜੇ ਸਾਡੇ ਹਿੰਦੂ ਸਮਾਜ ਤੋਂ ਧਰਮ ਗੁਰੂ ਆਏ ਨੇ, ਉਹਨਾਂ ਨੇ ਜਦੋਂ ਇਹ ਆਖੇ ਆ ਇਸ ਸਥਾਨ ਤੇ ਕਿ ਜਦੋਂ ਬਚਪਨ 'ਚ ਮੈਂ ਆਪਣੇ ਪਿਤਾ ਨਾਲ ਹਰਿਦੁਆਰ ਜਾਇਆ ਕਰਦਾ ਸੀ ਤੇ ਮੈਂ ਉਸ ਸਥਾਨ ਤੇ ਮੱਥਾ ਟੇਕਿਆ ਕਰਦਾ ਸੀਗਾ। ਅੱਜ ਗਿਆਨੀ ਸਾਹਿਬ ਸਿੰਘ ਮਾਰਕੰਡਾ ਜੀ ਨੇ ਆਖਿਆ ਕਿ ਮੈਂ ਛੋਟੀ ਉਮਰ ਦੇ ਵਿੱਚ ਉਸ ਸਥਾਨ ਤੇ ਕਥਾ ਖੁਦ ਕੀਤੀ ਹੈ। ਮੈਂ ਸਮਝਦਾ ਕਿ ਇਸ ਤੋਂ ਵੱਡੀ ਮੋਹ ਨਹੀਂ ਲੱਗ ਸਕਦੀ ਕਿ ਜਿਹੜੀ ਚੀਜ਼ ਸਾਡੀ ਉਸ ਜਗ੍ਹਾ ਤੋਂ ਹਟੀ ਸੀ, ਕਿਸੇ ਕਾਰਨ ਕਰਕੇ ਹਟੀ ਸੀ, ਅੱਜ ਆਵਾਜ਼ ਖਲਕ ਹੈ, ਅੱਜ ਪੂਰੀ ਦੁਨੀਆ ਦੀ ਆਵਾਜ਼ ਹੈ ਕਿ ਉਸ ਥਾਂ ਤੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦਾ ਨਿਰਮਾਣ ਹੋਣਾ ਚਾਹੀਦਾ ਹੈ। ਕਈ ਭਰਮ ਭੁਲੇਖੇ ਪਾਉਣ ਦੀ ਕੋਸ਼ਿਸ਼ ਕਰਦੇ ਨੇ, ਉੱਥੇ ਨਹੀਂ ਕਿਤੇ ਹੋਰ ਹੋਏਗੀ। ਅੱਜ ਬਿਲਕੁਲ ਕਲੀਅਰ ਕਰ ਦਈਏ, ਜਿਸ ਜਗ੍ਹਾ ਤੇ ਉਹ ਸਥਾਨ ਸੀਗਾ ਉਹੀ ਜਗ੍ਹਾ ਸਾਨੂੰ ਚਾਹੀਦੀ ਹੈ, ਉਸ ਤੋਂ ਇਲਾਵਾ ਕੋਈ ਨਹੀਂ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਜਿਹੜਾ ਸੁਣਿਆ ਸੀ, ਅੱਜ ਮੈਂ ਇਸ ਗੱਲ ਦੀ ਇਹ ਕਹਿ ਸਕਦਾ ਹੈ ਕਿ ਮੇਰੀ ਆਪਣੇ ਜੀਵਨ ਕਾਲ ਅੰਦਰ ਮੈਂ ਕੋਈ ਐਸੀ ਮੁਹਿੰਮ ਨਹੀਂ ਚੱਲਦੀ ਦੇਖੀ ਜਿਸ ਦੇ ਅੰਦਰ ਹਰ ਫਿਰਕੇ ਦੇ ਲੋਕ ਦੇ ਆਪਣੇ ਨਾਲ ਚੱਲਣ ਵਾਲੇ, ਸਾਡੇ ਵਿਰੋਧ ਚੱਲਣ ਵਾਲੇ, ਜਿਹਨਾਂ ਲੋਕਾਂ ਨੇ ਸਾਡੇ ਖਿਲਾਫ ਇਲੈਕਸ਼ਨਾਂ ਵੀ ਲੜੀਆਂ ਸੀ, ਜਿਹਨਾਂ ਲੋਕਾਂ ਨੇ ਦੇਸ਼ ਵਿਦੇਸ਼ਾਂ ਅੰਦਰ ਕਿੰਨਿਆਂ ਮੁੱਦਿਆਂ ਨੂੰ ਲੈ ਕੇ ਸਾਡੇ ਮੁਖਾਲਫਤਾਂ ਵੀ ਕੀਤੀਆਂ ਸੀ, ਅੱਜ ਉਹ ਸਾਰੇ ਇਕਜੁੱਟ ਹੋ ਕੇ, ਇੱਥੋਂ ਤੱਕ ਪਾਕਿਸਤਾਨ ਪ੍ਰਬੰਧਕ ਕਮੇਟੀ ਨੇ ਵੀ ਜੋ ਵੱਡਾ ਇਸ ਮੁਹਿੰਮ ਨੂੰ ਹਰਾਰਾ ਦਿੱਤਾ ਹੈ, ਮੇਰੇ ਜੀਵਨ ਕਾਲ ਅੰਦਰ ਮੈਂ ਕੋਈ ਐਸੀ ਮੁਹਿੰਮ ਚੱਲਦੀ ਨਹੀਂ ਦੇਖੀ ਜਿਹਦੇ ਅੰਦਰ ਸਰਵਸੰਮਤੀ ਦੇ ਨਾਲ ਹਰੇਕ ਨੇ ਹੀ ਆਪਣਾ ਯੋਗਦਾਨ ਪਾਉਣ ਦਾ ਵਿਸ਼ਵਾਸ ਦਿੱਤਾ ਹੋਵੇ। ਜਿੱਥੇ ਮੈਂ ਇਸ ਸਾਰੀ ਮੁਹਿੰਮ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਾਹਿਬ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦਾ ਧੰਨਵਾਦ ਕਰਦਾ, ਦਿੱਲੀ ਦੀਆਂ ਸੰਗਤਾਂ ਦਾ ਧੰਨਵਾਦ ਕਰਦਾ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਸਾਹਿਬਾਨਾਂ ਦਾ ਧੰਨਵਾਦ ਕਰਦਾ, ਉੱਥੇ ਹੀ ਸਾਡੇ ਵਿੱਚ ਆਏ ਹੋਏ ਵਿਸ਼ੇਸ਼ ਤੌਰ ਤੇ ਮਹਿਮਾਨ, ਚਾਹੇ ਸਾਡੇ ਮੁਸਲਿਮ ਧਰਮ ਦੇ ਆਗੂ ਹੋਣ, ਚਾਹੇ ਜੈਨ ਧਰਮ ਤੋਂ ਆਗੂ ਹੋਣ, ਹਰ ਧਰਮਾਂ ਤੋਂ ਜੁੜੇ ਹੋਏ ਲੋਕਾਂ ਨੇ ਜਿਸ ਤਰੀਕੇ ਦੇ ਨਾਲ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਸਣੇ ਨੂੰ ਦੁਨੀਆ ਤੱਕ ਪਹੁੰਚਾਉਣ ਦਾ ਆਪਣਾ ਅਕੀਦਾ, ਆਪਣਾ ਵਿਸ਼ਵਾਸ ਪੇਸ਼ ਕੀਤਾ ਹੈ, ਮੈਂ ਸਮਝਦਾ ਹੁਣ ਤੱਕ ਦਾ ਇਹ ਜੋ ਮੈਂ ਨਜ਼ਾਰਾ ਦੇਖ ਰਿਹਾ ਹੈ ਸ਼ਾਇਦ ਮੈਂ ਆਪਣੇ ਜੀਵਨ ਕਾਲ 'ਚ ਐਸਾ ਨਜ਼ਾਰਾ ਨਹੀਂ ਦੇਖਿਆ। ਕੱਲ੍ਹ ਹੀ ਸਾਡੇ ਜਗਜੀਤ ਸਿੰਘ ਜੀ ਦਰਦੀ ਜਿਹੜੇ ਕਿ ਚੜ੍ਹਦੀ ਕਲਾ ਟਾਈਮ ਟੀਵੀ ਦੇ ਮੁਖੀ ਨੇ ਕੱਲ੍ਹ ਦਫ਼ਤਰ ਆਏ, ਉਹਨਾਂ ਨੂੰ ਅਸੀਂ ਦੀ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਸਨ ਕਿ ਇਹ ਗਿਆਨ ਗੋਦੜੀ ਮੁਹਿੰਮ ਕਿਸੇ ਵੇਲੇ ਮੈਂ ਵੀ ਸ਼ੁਰੂ ਕਰਨ ਦੀ ਕੀਤੀ ਸੀ, ਲੇਕਿਨ ਸਫਲਤਾ ਜਥੇਬੰਦੀਆਂ ਨਾਲ ਹੁੰਦੀ ਹੈ ਔਰ ਜਦੋਂ ਹੁਣ ਜਥੇਬੰਦੀਆਂ ਦਿੱਲੀ ਗੁਰਦੁਆਰਾ ਕਮੇਟੀ, ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਇਸ ਮੁਹਿੰਮ ਨੂੰ ਸੰਗਤਾਂ ਦੇ ਸਹਿਯੋਗ ਨਾਲ ਲੈ ਕੇ ਤੁਰੀ ਹੈ ਤੇ ਗੁਰੂ ਕਰੇਗਾ ਇਹ ਸਫਲਤਾ ਅਵਸ਼ ਹੋਏਗੀ। ਬਹੁਤ ਜਲਦੀ ਅਕਾਲ ਬਖਸ਼ਿਸ਼ ਦੇ ਨਾਲ
ਅਸੀਂ ਇਹ ਗੁਰਧਾਮ ਉਸੇ ਜਗ੍ਹਾ ਤੇ ਬਣਾ ਪਾਵਾਂਗੇ। ਇਸ ਤੋਂ ਬਾਅਦ ਅਸੀਂ ਬੌਲੀ ਸਾਹਿਬ ਵੱਲ ਸਰ ਵੀ ਧਿਆਨ ਦੇਣਾ, ਜਿੱਥੇ ਮਹਾਰਾਜ ਨੇ ਆਰਤੀ ਉਚਾਰੀ ਸੀ ਜਗਨਨਾਥਪੁਰੀ। ਇਹ ਸਥਾਨ ਤੋਂ ਬਾਅਦ ਅਸੀਂ ਉਸ ਸਥਾਨ ਵੱਲ ਵੀ ਚੱਲਾਂਗੇ। ਸੋ ਮੈਂ ਧੰਨਵਾਦ ਕਰਦਾ ਮਨਜੀਤ ਸਿੰਘ ਜੀ ਕੇ ਦੀ ਸੋਚ ਦਾ, ਵਿਜਨ ਦਾ, ਜਿਹਨਾਂ ਨੇ ਇਹ ਉਪਰਾਲਾ ਕੀਤਾ, ਔਰ ਆਪਣੇ ਨਾਲ ਸਾਰੀਆਂ ਵੱਡੀਆਂ ਸੰਸਥਾਵਾਂ, ਸ਼੍ਰੋਮਣੀ ਗੁਰਦੁਆਰਾ ਕਮੇਟੀ, ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਅਤੇ ਹੋਰ ਸਾਰੀਆਂ ਸੰਸਥਾਵਾਂ ਨਾਲ ਲੈ ਕੇ ਚੱਲ ਰਹੇ ਨੇ, ਔਰ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲ ਰਹੇ ਨੇ, ਔਰ ਗੁਰੂ ਨਾਨਕ ਸਭ ਦਾ ਸਾਂਝਾ ਹੈ। ਇਸ ਲਈ ਮੈਨੂੰ ਲੱਗਦਾ ਕਿ ਇਹ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ, ਇਹ ਬਹੁਤ ਜਲਦੀ ਇਹ 'ਚ ਅਸੀਂ ਸਫਲਤਾ ਹਾਸਿਲ ਕਰਾਂਗੇ, ਔਰ ਬਹੁਤ ਜਲਦੀ ਇਹੀ ਗੁਰਦੁਆਰਾ ਸਾਹਿਬ ਉਸੇ ਸਥਾਨ 'ਤੇ ਬਣੇਗਾ।